ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਵਿੱਚ ਪਿਛਲੇ ਦਿਨੀ ਦੇਰ ਸ਼ਾਮ 3 ਮੰਜ਼ਿਲਾ ਬਿਲਡਿੰਗ ਡਿੱਗ ਕੇ ਢਹਿ ਢੇਰੀ ਹੋਣ ਦਾ ਮਾਮਲਾ ਸਾਹਮਣੇ ਆਇਆ, ਜਿੱਥੇ ਪਲਕ ਝਪਕਦਿਆਂ ਹੀ ਕਿਸੇ ਦੀ ਖੂਨ ਕਮਾਈ ਦੀ ਮਿਹਨਤ ਢਹਿ ਢੇਰੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਵਿੱਚ ਬੇਸਮੈਂਟ ਦੀ ਖੁਦਾਈ ਦਾ ਕੰਮ ਚੱਲ ਰਿਹਾ ਸੀ, ਜਿਸਦੇ ਚੱਲਦਿਆਂ ਨਾਲ ਲੱਗਦੀ 3 ਮੰਜ਼ਿਲਾ ਬਿਲਡਿੰਗ ਡਿੱਗ ਕੇ ਢਹਿ ਢੇਰੀ ਹੋ ਗਈ। ਪਰ ਗਨੀਮਤ ਰਹੀ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਘਰ ਦਾ ਸਾਰਾ ਸਮਾਨ ਦੱਬ ਕੇ ਤਬਾਹ ਹੋ ਗਿਆ, ਜਿਸ ਦੀ ਲਾਈਵ ਤਸਵੀਰਾਂ ਕੁਝ ਸਾਹਮਣੇ ਆਈਆਂ ਨੇ। ਆਓ ਵਿਖਾਉਂਦਿਆਂ ਤੁਹਾਨੂੰ ਇਸ ਦਰਦਨਾਕ ਤਬਾਹੀ ਦੀ ਕੁਝ ਲਾਈਵ ਤਸਵੀਰਾਂ। ਆ ਵੀ ਲੱਗੀ ਹੁਣ ਇਹ Oh shit। ਤਸਵੀਰਾਂ ਵਿੱਚ ਤੁਸੀਂ ਵੇਖਿਆ ਕਿ ਕਿਵੇਂ ਇਹ 3 ਮੰਜ਼ਿਲਾ ਬਿਲਡਿੰਗ ਮਿੰਟਾਂ 'ਚ ਢਹਿ ਢੇਰੀ ਹੋ ਗਈ। ਇਸ ਮਾਮਲੇ ਬਾਰੇ ਘਰ ਦੇ ਮਾਲਕ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਦੇ ਨਾਲ ਗੁਰੂ ਘਰ ਦੀ ਉਸਾਰੀ ਹੋ ਰਹੀ ਹੈ, ਜਿਸ ਨੂੰ ਲੈ ਕੇ ਬੇਸਮੈਂਟ ਪੁੱਟੀ ਜਾ ਰਹੀ ਸੀ। ਉਹਨਾਂ ਦੱਸਿਆ ਕਿ ਜਦੋਂ ਉਹਨਾਂ ਦੇ ਘਰ ਦੇ ਫਰਸ਼ ਤੇ ਤਰੇੜਾਂ ਆਈਆਂ ਤਾਂ ਉਹ ਬਾਹਰ ਨਿਕਲ ਗਏ ਤੇ ਉਹਨਾਂ ਆਪਣੇ ਪਰਿਵਾਰ ਨੂੰ ਵੀ ਬਾਹਰ ਕੱਢਿਆ ਤੇ ਨਾਲ ਹੀ ਬਿਲਡਿੰਗ ਦੇ ਅੰਦਰ ਮੌਜੂਦ 1 ਦਰਜਨ ਪਸ਼ੂਆਂ ਨੂੰ ਵੀ ਬਾਹਰ ਕੱਢਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਸਾਹਮਣੇ 3 ਮਿੰਟਾਂ ਵਿੱਚ ਹੀ ਮਿਹਨਤ ਦੀ ਕਮਾਈ ਨਾਲ ਬਣਿਆ ਸਾਰਾ ਘਰ ਢਹਿ ਢੇਰੀ ਹੋ ਗਿਆ। ਮਕਾਨ ਡਿੱਗਣ ਨਾਲ ਉਹਨਾਂ ਦਾ 80 ਲੱਖ ਰੁਪਏ ਦਾ ਨੁਕਸਾਨ ਹੋਇਆ। ਉਹਨਾਂ ਦੱਸਿਆ ਕਿ ਗੁਰਦੁਆਰਾ ਪ੍ਰਬੰਧਕ ਨੇ ਉਹਨਾਂ ਨੂੰ ਭਰੋਸਾ ਦਿੱਤਾ ਹੈ ਕਿ ਉਹਨਾਂ ਦਾ ਜੋ ਵੀ ਨੁਕਸਾਨ ਹੋਇਆ ਉਹਨਾਂ ਦੀ ਭਰਪਾਈ ਉਹ ਕਰ ਦੇਣਗੇ। ਜੀ ਕੱਲ੍ਹ ਨੂੰ ਕੋਈ 7 ਵਜੇ ਦਾ ਆਉਣ ਬਣ ਟਾਈਮ ਹੈਗਾ ਜੀ, ਸ਼ਾਮ ਦਾ ਜੀ। ਸਾਡੇ ਨਾਲ ਕੋਈ ਇਮਾਰਤ ਬਣ ਰਹੀ ਗੁਰਦੁਆਰਾ ਸਾਹਿਬ ਦੀ ਅਤੇ ਉਹਦੇ ਨਾਲ ਬੇਸਮੈਂਟ ਦੀ ਪਟਾਈ ਕੀਤੀ ਸੀ ਉਹਨਾਂ ਨੇ। ਕੁਛ ਬਾਰਿਸ਼ ਉੱਤੋਂ ਹੋਣ ਦੀ ਵਜ੍ਹਾ ਦੇ ਨਾਲ ਕੁਛ ਬੇਸਮੈਂਟ ਦੀ ਪਟਾਈ ਹੋਣ ਦੇ ਕਰਕੇ ਮਤਲਬ ਵੀ ਉਹ ਜਿਹੜੀ ਜ਼ਮੀਨ ਥੱਲੋਂ ਖਿਸ ਗਈ ਅਤੇ ਉਹਦੇ ਨਾਲ ਸਾਡੀ ਜਿਹੜੀ ਬਿਲਡਿੰਗ ਉਹ ਸਾਰੀ ਢਹਿ ਢੇਰੀ ਹੋ ਗਈ। ਇਹ 3 ਮੰਜ਼ਿਲਾ ਸੀ ਜੀ। ਬਾਕੀ ਪਰਿਵਾਰ ਦਾ ਸਾਨੂੰ 10-15 ਮਿੰਟ ਪਹਿਲਾਂ ਪਤਾ ਲੱਗਾ ਜਦੋਂ ਥੋੜ੍ਹੀਆਂ ਤੜੇੜਾਂ ਆਉਣ ਲੱਗੀਆਂ। ਸਾਡਾ ਮਾਲ ਡੰਗਰ ਸੀ ਅੰਦਰ, ਅਸੀਂ ਸਾਰਾ ਮਾਲ ਡੰਗਰ ਉਸੇ ਟਾਈਮ ਬਾਹਰ ਕਢਵਾਇਆ ਸੀ। ਆਪਣੇ ਜਿੰਨੇ ਜੀ ਪਰਿਵਾਰਕ ਮੈਂਬਰ ਉਹਨਾਂ ਸਾਰਿਆਂ ਨੂੰ ਅਸੀਂ ਬਾਹਰ ਕਢਵਾਉਣ ਤੋਂ 5 ਮਿੰਟ ਤੋਂ ਬਾਅਦ ਹੀ ਸਾਰੀ ਬਿਲਡਿੰਗ ਢਹਿ ਢੇਰੀ ਹੋ ਗਈ। ਹਾਂਜੀ, ਉਹਨਾਂ ਨਾਲ ਵੀ ਸੰਪਰਕ ਹੋਇਆ ਸੀ, ਉਹਨਾਂ ਨੇ ਵੀ ਕਿਹਾ ਵੀ ਚਲੋ ਜੋ ਵੀ ਸਾਡੀ ਅਸੀਂ ਤੁਹਾਡੀ ਜੋ ਵੀ ਨੁਕਸਾਨ ਹੋਇਆ ਸੀ ਉਹਦੀ ਪੂਰਤੀ ਕਰਾਂਗੇ। ਇਸ ਮੌਕੇ ਪੁਲਿਸ ਨੇ ਦੱਸਿਆ ਕਿ ਪੀੜਤ ਪਰਿਵਾਰ ਦੇ ਘਰ ਦੇ ਨਾਲ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦੀ ਬੇਸਮੈਂਟ ਬਣ ਰਹੀ ਹੈ ਤੇ 12 ਫੁੱਟ ਦੀ ਖੁਦਾਈ ਹੋਣ ਕਰਕੇ ਜ਼ਮੀਨ ਥੱਲਿਓ ਖਿਸਕ ਗਈ ਤੇ ਨਾਲ ਲੱਗਦੀ 3 ਮੰਜ਼ਿਲਾ ਇਮਾਰਤ ਡਿੱਗ ਕੇ ਢਹਿ ਢੇਰੀ ਹੋ ਗਈ। ਉਹਨਾਂ ਕਿਹਾ ਕਿ ਜੇਕਰ ਪੀੜਤ ਪਰਿਵਾਰ ਨੂੰ ਇਨਸਾਫ ਨਾ ਮਿਲੇ ਤਾਂ ਉਹ ਇੰਜੀਨੀਅਰ, ਠੇਕੇਦਾਰ ਅਤੇ ਇਸ ਮਾਮਲੇ ਦੇ ਨਾਲ ਕੋਈ ਵੀ ਸੰਸਥਾ ਜੋ ਦੋਸ਼ੀ ਪਾਈ ਗਈ ਉਸ ਤੇ ਕਾਰਵਾਈ ਕੀਤੀ ਜਾਵੇਗੀ। ਉਸੇ ਮੈਸੇਜ ਆਇਆ ਸੀ, ਇੱਕ ਤਰਸੇਮ ਸਿੰਘ ਆ, ਡੇਅਰੀ ਫਾਰਮ ਦਾ ਕੰਮ ਕਰਦੇ, ਉਹਨਾਂ ਦਾ ਘਰ ਦੇ ਲਾਗੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਣ ਰਹੀ ਸੀ। ਭਾਈ ਸੱਜਣ ਸਿੰਘ ਜੀ ਨੇ ਉਹਨਾਂ ਦੇ ਨਿਗਰਾਨੀ ਹੇਠ ਕਹਿ ਸਕਦੇ ਹਾਂ ਜਾਂ ਉਹਨਾਂ ਦੀ ਹੀ ਬਣ ਰਹੀ ਸੀ। ਗੁਰਦੁਆਰਾ ਸਾਹਿਬ ਬਣਨਾ ਸੀ, ਥੱਲੇ ਬੇਸਮੈਂਟ ਆ ਜੋ ਫਿਲਹਾਲ ਪਤਾ ਲੱਗਾ ਸੀ, ਅਤੇ ਉੱਥੇ ਨੈਗਲੀਜੈਂਸੀ ਹੋਈ ਵੀ ਇਹਨਾਂ ਨੇ ਬੇਸਮੈਂਟ ਜਿਹੜੀ 10 ਤੋਂ 12 ਫੁੱਟ ਪੁੱਟਤੀ ਅਤੇ ਜਿਹੜੀਆਂ ਲਾਗੇ ਘਰ ਸੀ ਉਹਨਾਂ ਨੂੰ ਸੇਫਟ ਨਹੀਂ ਕੀਤਾ। ਕੱਲ੍ਹ ਜਦੋਂ ਪਤਾ ਲੱਗਾ ਉੱਥੋਂ ਕਿ ਉਹ ਯਕਦਮ ਹੀ ਜਿਹੜੀ ਵਿੱਚੋਂ ਪੱਟਣ ਕਰਕੇ ਜ਼ਮੀਨ ਖਿਸਕ ਗਈ ਅਤੇ ਜਿਹੜਾ ਆਪਣਾ ਹੈਗਾ ਤਰਸੇਮ ਸਿੰਘ, ਇਹਨਾਂ ਦਾ ਟੋਟਲ ਸਾਰਾ ਘਰ ਹੀ ਬੇਸਮੈਂਟ ਦੇ ਵਿੱਚ ਜਾ ਪਿਆ ਸੀ, ਸਾਰਾ ਹੀ ਘਰ ਜਿਹੜਾ ਢੱਠ ਗਿਆ। ਇੰਨੀ ਪਰਮਾਤਮਾ ਦੀ ਕਿਰਪਾ ਰਹੀ ਵੀ ਡੇ ਟਾਈਮ ਹੋਣ ਕਰਕੇ ਇਹ ਖੁਦ ਵੀ ਬਾਹਰ ਆ ਗਏ ਅਤੇ ਆਪਣੇ ਇਹਨਾਂ ਦੇ ਡੰਗਰ ਸੀ ਡੇਅਰੀ ਫਾਰਮ ਦਾ ਕੰਮ ਕਰਦੇ 15-16 ਬਾਹਰ ਕੱਢ ਲਏ ਨੇ ਅਤੇ ਜਾਨਾਂ ਸਾਰੀਆਂ ਬਚ ਗਈਆਂ। ਪਰ ਨੁਕਸਾਨ ਇਹਨਾਂ ਦਾ ਕਾਫੀ ਹੋਇਆ, ਇਹ ਵੀ ਕਨਫਰਮ ਹੋਇਆ ਵੀ 3 ਕੁ ਮਹੀਨੇ ਪਹਿਲਾਂ ਹੀ ਇਹਨਾਂ ਬਣਾਇਆ ਸੀ ਘਰ। ਹੁਣ ਕੱਲ੍ਹ ਆਂਢ ਗੁਆਂਢ ਹੋਣ ਕਰਕੇ ਇਹਨਾਂ ਨੇ ਜਿਹੜਾ ਆਪਣਾ ਸਿਟਿੰਗ ਬੈਠ ਕੇ ਕੀਤੀ ਹੋਈ ਆ, ਜੇ ਇਹਨਾਂ ਦੀ ਸੈਟਿਸਫਾਈ ਨਾ ਹੋਈ ਜਾਂ ਇੰਜੀਨੀਅਰ ਆ, ਠੇਕੇਦਾਰ ਆ, ਆਰਕੀਟੈਕਟ ਆ ਜਾਂ ਜਿਹੜੀ ਵੀ ਸੰਸਥਾ ਹੈਗੀ, ਜੇ ਦੋਸ਼ੀ ਪਾਏ ਗਏ ਉਹਨਾਂ ਦੇ ਖਿਲਾਫ਼ ਕੇਸ ਦਰਜ ਕੀਤਾ ਜਾਏਗਾ ਜੀ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।